ਅੱਜ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸ੍ਰੀ ਭੈਣੀ ਸਾਹਿਬ ਪਹੁੰਚੇ ਜਿੱਥੇ ਉਹਨਾਂ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ 50 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਸ੍ਰੀ ਭੈਣੀ ਸਾਹਿਬ ਦੀ ਖੇਡਾਂ ਦੇ ਖੇਤਰ ਵਿੱਚ ਦਿੱਤੀ ਜਾ ਰਹੀ ਵਡਮੁੱਲੀ ਸੇਵਾ ਦੀ ਪੰਜਾਬ ਸਰਕਾਰ ਕਦਰ ਕਰਦੀ ਹੈ, ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਇੱਥੇ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਸਰਕਾਰ ਵੱਲੋਂ 1 ਕਰੋੜ ਰੁਪਏ ਦਿੱਤੇ ਜਾਣੇ ਨੇ, ਜਿਸ ਦੀ ਪਹਿਲੀ ਕਿਸ਼ਤ 50 ਲੱਖ ਰੁਪਏ ਦੇ ਰੂਪ ਵਿੱਚ ਜਾਰੀ ਕਰ ਦਿੱਤੀ ਗਈ ਹੈ। ਇਸ ਸੰਪਰਦਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਿਰ ਮੱਥੇ ਰੱਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਇਸ ਨਵੀਨੀਕਰਨ ਦਾ ਫੈਸਲਾ ਕੀਤਾ ਗਿਆ। ਬਸ ਜੀ, ਅੱਜ ਮੈਂ ਹਾਜ਼ਰ ਹੋਇਆ ਸੀ ਸ਼੍ਰੀ ਭੈਣੀ ਸਾਹਿਬ, ਸਤਿਗੁਰੂ ਜੀ ਦੇ ਦਰਸ਼ਨ ਵੀ ਕਰਨੇ ਸੀਗੇ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਇੱਕ ਵਾਅਦਾ ਸੀਗਾ ਕਿ ਅਸੀਂ ਸਪੋਰਟਸ ਨੂੰ, ਕਿਉਂਕਿ ਹਮੇਸ਼ਾ ਹੀ ਜਿਹੜਾ ਇਹ ਸੈਕਟ ਹੈ ਇਸ ਡੇਰੇ ਤੋਂ ਸਪੋਰਟਸਮੈਨ ਬੜੇ ਇੰਸਪੀਰੇਸ਼ਨ ਉਹਨਾਂ 'ਚੋਂ ਜਾਗਦੀ ਹੈ ਔਰ ਬੜੀ ਹਿੰਮਤ ਦਿੰਦੇ ਨੇ ਇਹ, ਇਹਨਾਂ ਦਾ ਧਿਆਨ ਜਿਹੜਾ ਹੈਗਾ ਔਰ ਹਾਕੀ, ਪਹਿਲਾਂ ਮੈਂ ਬੜੇ ਸਾਲਾਂ ਦੀ ਗੱਲ ਕਰਦਾ, 1978 ਮੈਂ ਬੈਂਕਾਕ ਗਿਆ ਸੀਗਾ ਅਤੇ ਸਤਿਗੁਰੂ ਜਗਜੀਤ ਜੀ ਉਦੋਂ ਨਾਲ ਸੀਗੇ, ਆਪਦੀ ਟੀਮ ਲੈ ਕੇ ਗਏ ਔਰ ਉੱਥੇ ਡੈਮੋਸਟ੍ਰੇਸ਼ਨ ਮੈਚ ਵੀ ਹੋਇਆ ਔਰ ਉਸੇ ਚੀਜ਼ ਦੀ ਜਿਹੜੀ ਉਹਨੂੰ ਅੱਗੇ ਵਧਾਉਂਦੇ ਹੋਏ ਅੱਜ ਇਹਨਾਂ ਨੇ ਫੁੱਟਬਾਲ ਅਕੈਡਮੀ ਦਾ ਉਹ ਵੀ ਇੱਥੇ ਬਹੁਤ ਅੱਛਾ ਨਿਰਮਾਣ ਕੀਤਾ ਅਤੇ ਉਹਦੇ 'ਚ ਦੱਸਿਆ ਹੁਣੇ ਸਤਿਗੁਰੂ ਜੀ ਨੇ ਕਿ 150 ਬੱਚਾ ਜਿਹੜਾ ਆਲਰੇਡੀ ਪਾਰਟੀਸਪੇਟ ਕਰ ਰਿਹਾ, ਟ੍ਰੇਨਿੰਗ ਕਰ ਰਿਹਾ ਔਰ ਫੋਰਨ ਕੋਚ ਵੀ ਇਹਨਾਂ ਨੇ ਰੱਖੇ ਨੇ। ਤਾਂ ਮੈਂ ਸੋਚਦਾ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਸਾਡੇ ਮਾਣਯੋਗ ਸਾਡੇ ਡੇਰਾ ਸਾਹਿਬਾਨ ਦੇ ਆ ਜਿਹੜੇ ਮੁਖੀ ਨੇ, ਅਤੇ ਇਸ ਤਰ੍ਹਾਂ ਹੀ ਸਪੋਰਟਸ ਨੂੰ ਦੇਖੋ, ਇਕੱਲਾ ਬੰਦਾ ਨਹੀਂ ਕੁਛ ਕਰ ਸਕਦਾ, ਸਰਕਾਰਾਂ ਇੱਕ ਦਫ਼ਾ ਇਨਫਰਾਸਟ੍ਰਕਚਰ ਤਿਆਰ ਕਰ ਸਕਦੀਆਂ ਨੇ, ਲੇਕਿਨ ਜੇ ਇਸ ਤਰ੍ਹਾਂ ਦਾ ਉਹਨਾਂ ਨੂੰ ਉਤਸ਼ਾਹ ਮਿਲਦਾ ਰਹੇ ਅਤੇ ਇਹ ਲੋਕਾਂ ਦਾ ਉਤਸ਼ਾਹ ਹੈ, ਤਾਂ ਮੇਰਾ ਖਿਆਲ ਹੈ ਕਿ ਸਪੋਰਟਸ ਜਿਹੜੀ ਪੰਜਾਬ 'ਚ ਟੇਲੈਂਟ ਬਹੁਤ ਹੈਗਾ, ਅਸੀਂ ਰਾਈਜ਼ ਕਰਾਂਗੇ ਔਰ ਅੱਜ ਮੁੱਖ ਮੰਤਰੀ ਜੀ ਦੀ ਹਦਾਇਤ ਦੇ ਮੁਤਾਬਕ 50 ਲੱਖ ਰੁਪਏ ਦਾ ਟੋਟਲ 1 ਕਰੋੜ ਰੁਪਇਆ ਅਸੀਂ ਦਿਆਂਗੇ, 50 ਲੱਖ ਰੁਪਏ ਦਾ ਅੱਜ ਇਹਨਾਂ ਨੂੰ ਚੈੱਕ ਦਿੱਤਾ ਹੈਗਾ ਟੂ ਡਿਵੈਲਪ ਇਨਫਰਾਸਟ੍ਰਕਚਰ ਜਿੱਥੇ ਵੀ ਇਹ ਚਾਹਣਗੇ ਕਰਨ। ਇਸ ਤੋਂ ਬਾਅਦ ਸ੍ਰੀ ਭੈਣੀ ਸਾਹਿਬ ਨਾਮਧਾਰੀ ਸੰਪਰਦਾਇ ਦੇ ਮੁਖੀ ਉਦੇ ਠਾਕੁਰ ਨੇ ਖੇਡਾਂ ਲਈ ਕੀਤੇ ਇਸ ਉਪਰਾਲੇ ਲਈ ਸੀਐਮ ਕੈਪਟਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅਸੀਂ ਬਹੁਤ ਧੰਨਵਾਦੀ ਹਾਂ ਜੀ ਕੈਪਟਨ ਸਾਹਿਬ ਦੇ, ਮੁੱਖ ਮੰਤਰੀ ਸਾਹਿਬ ਦੇ ਬਹੁਤ ਧੰਨਵਾਦੀ ਹਾਂ, ਅਸੀਂ ਸਪੋਰਟਸ ਮੰਤਰੀ ਰਾਣਾ ਸੋਢੀ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ, ਉਹਨਾਂ ਸਾਨੂੰ ਇਹ ਪ੍ਰੋਤਸਾਹਨ ਦਿੱਤਾ ਆ ਕੇ ਸਪੋਰਟਸ ਵਾਸਤੇ ਅਸੀਂ ਕਰ ਹੀ ਰਹੇ ਹਾਂ, ਕਿਉਂਕਿ ਇੰਸੀਡੈਂਟਲੀ ਇਹ ਜਿਹੜੀ ਗਰਾਊਂਡ ਸੀ ਅੱਜ ਤੋਂ 14 ਸਾਲ ਪਹਿਲੇ, ਉਦੋਂ ਵੀ ਇੱਥੇ ਇਹੋ ਹੀ ਮੁੱਖ ਮੰਤਰੀ ਸੀ ਸਰਦਾਰ ਕੈਪਟਨ ਸਾਹਿਬ ਅਮਰਿੰਦਰ ਸਿੰਘ ਹੁਣੀ, ਉਦੋਂ ਮੁੱਖ ਮੰਤਰੀ ਸੀ, ਉਦੋਂ ਵੀ ਉਹਨਾਂ ਸਾਡੀ ਮਦਦ ਕੀਤੀ ਸੀ, ਹੁਣ ਵੀ ਮਦਦ ਕੀਤੀ, ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਇਹ ਵੀ ਵਾਅਦਾ ਕਰਦੇ ਹਾਂ ਕਿ ਇੱਥੇ ਹਰ ਐਫਰਟ ਹੋਏਗਾ ਸਪੋਰਟਸ ਨੂੰ ਪ੍ਰਮੋਟ ਕਰਨ ਨੂੰ, ਜੋ ਸਰਕਾਰ ਕਰੇਗੀ ਉਹਦਾ ਵੱਧ ਤੋਂ ਵੱਧ ਯੂਟੀਲਾਈਜੇਸ਼ਨ ਹੋਏਗੀ ਇੱਥੇ ਜੀ। ਸਰ ਕਿਹੜੀ ਸਾਡੇ, ਅਸੀਂ ਇਸ ਵੇਲੇ ਸਾਡਾ ਬਹੁਤ ਜ਼ਿਆਦਾ ਸਟ੍ਰੈਸ ਫੁੱਟਬਾਲ 'ਤੇ ਹੈ, ਉਹਦੇ ਨਾਲ ਨਾਲ ਹਾਕੀ ਚੱਲ ਰਹੀ ਹੈ ਅਤੇ ਬੈਡਮਿੰਟਨ ਚੱਲ ਰਹੀ ਹੈ, 3 ਸਪੋਰਟਸ ਨੇ ਬਹੁਤ, ਅਤੇ ਛੋਟੇ ਲੈਵਲ 'ਤੇ ਸਾਡੇ ਕੋਲ 2 ਗਰਾਊਂਡਾਂ 2 ਕੋਰਟ ਸਾਡੇ ਕੋਲ ਟੈਨਿਸ ਦੇ ਵੀ ਹੈਗੇ ਨੇ, ਪਰ ਹੁਣ ਜਿਹੜੀ ਇਹ ਪੈਸੇ ਦੇ ਕੇ ਜਾ ਰਹੇ ਨੇ ਉਹਦੀ ਯੂਟੀਲਾਈਜੇਸ਼ਨ ਸਾਡੀ ਹੋਏਗੀ ਫੁੱਟਬਾਲ ਗਰਾਊਂਡ 'ਤੇ ਅਤੇ ਹਾਕੀ ਗਰਾਊਂਡ। ਲੁਧਿਆਣਾ ਤੋਂ ਵਿਵੇਕ ਢਾਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ, ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ, ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84-374-94-648, 84-374-94-648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।